ਸ਼ੇਰਗਿੱਲ ਦੀ। ਦੱਸੋ ਕੀ ਮੁੱਦਾ ਕੀ ਹੈ? ਮੁੱਦਾ ਇਹ ਹੈ ਜੀ ਕਿ ਮੇਰੇ ਬੇਟੇ ਬਲਵੰਤ ਸਿੰਘ ਸ਼ੇਰਗਿੱਲ ਦਾ ਪਰਵਿੰਦਰ ਸਿੰਘ ਸੂਰੀ ਨੇ ਸ਼ਰੇਆਮ ਕਤਲ ਕੀਤਾ ਮੇਰੇ ਬੇਟੇ ਦਾ, ਤੀਜਾ ਮਹੀਨਾ ਚੜ੍ਹ ਗਿਆ ਅਤੇ ਜਿਹੜਾ ਅੱਜ ਤੱਕ ਹਾਲੇ ਤੱਕ ਰੇਪ ਗ੍ਰਿਫਤਾਰ ਨਹੀਂ ਕੀਤਾ ਗਿਆ, ਥੱਲਿਓਂ ਲਾ ਕੇ ਤਾਂ ਤੱਕ ਪੁਲਿਸ ਉਹਨਾਂ ਨਾਲ ਮਿਲੀ ਹੋਈ ਹੈ। ਸ਼ਰੇਆਮ ਜਲੰਧਰ ਦੀ ਇੱਕ ਜਲੰਧਰ ਦੀਆਂ ਸੜਕਾਂ ਸ਼ਰੇਆਮਾਂ ਘੁੰਮ ਰਿਹਾ, ਜਿਹੜਾ ਉਹਦੇ ਨਾਂ ਸੀ ਉਹਦਾ ਸਕਾ ਸਾਲਾ ਗੁਰਬਚਨ ਸਿੰਘ ਉਰਫ ਮਿੰਟੂ ਉੱਥੇ ਮੌਜੂਦ ਸੀਗਾ ਅਤੇ ਉਹ ਵੀ ਸ਼ਰੇਆਮ ਘੁੰਮ ਰਿਹਾ, ਆਪਣੇ ਘਰ ਵਿੱਚ ਰਹਿ ਰਿਹਾ ਆ, ਐਸ਼ਾ ਕਰ ਰਿਹਾ, ਉਹਨੂੰ ਵੀ ਨਹੀਂ ਪੁਲਿਸ ਫੜ ਰਹੀ। ਜਿੱਥੇ ਕੋਈ ਮੁੱਦਾ ਉਸ ਤਰ੍ਹਾਂ ਗਵਾਹ ਵੀ ਆ, ਨਾਲ ਦਾ ਪੂਰਾ ਹੱਕ ਲਾ ਰਿਹਾ ਸਾਡੇ ਬੇਟੇ ਦੇ ਕਤਲ ਹੋਣ ਦੇ ਵਿੱਚ। ਦੇਖੋ ਉਹਦਾ ਪਿਸਤੌਲ ਵੇਚਣ ਵਾਸਤੇ ਗਿਆ, ਇਹ ਤਾਂ ਹੁਣ ਉਸਾਲੇ ਭਣੋਈਏ ਤੇ ਉਹਨਾਂ ਨੂੰ ਪਤਾ ਵੀ ਕਾਰਨ ਕੀ ਹੈ, ਉਹਦਾ ਕਿਉਂ ਮੇਰੇ ਬੇਟੇ ਨੂੰ ਉਹਨਾਂ ਨੂੰ ਰਲ ਕੇ ਮਾਰਿਆ। ਸਾਨੂੰ ਇਹ ਹੈ ਜੀ ਅਤੇ ਅਸੀਂ ਮਤਲਬ ਜਿਹੜੇ ਹੱਥ ਨੂੰ ਮਿਲੇ ਆ ਨਾ ਜਿਹਨਾਂ ਨੂੰ ਵੀ ਸਾਨੂੰ ਉਹਨੂੰ ਪਤਾ ਨਹੀਂ, ਲੋਲੀਪੋਪ ਪਹਿਲਾਂ ਖਰੀਦ ਕੇ ਲਿਆ ਕੇ ਰੱਖੇ ਹੁੰਦੇ ਉਹਨਾਂ ਨੇ, ਉਹਨਾਂ ਕਹਿੰਦੇ ਆਹ ਲੈ ਲਓ ਤਾਂ ਘਰ ਨੂੰ ਜਾਓ। ਸਾਨੂੰ ਇਹੀ ਕੋਸ਼ਿਆ ਵੀ ਅਸੀਂ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ, ਫੜ ਰਹੇ ਹਾਂ ਅਤੇ ਇਹ ਤਾਂ ਕਹਿੰਦੇ ਜੀ ਆਪਣੇ ਇੱਕ ਐਕਸੀਡੈਂਟ ਕੇਸ ਹੈ, ਕੋਈ ਦਾ ਐਡਾ ਵੱਡਾ ਕੋਈ ਮੁੱਦਾ ਨਹੀਂ ਹੈਗਾ। ਤੇ ਜਿਹੜਾ ਤੁਸੀਂ ਕਹਿ ਰਹੇ 45,000 ਰੁਪਏ ਲੈ ਕੇ ਆਏ ਸੀ ਘਰੋਂ, ਹਾਂਜੀ ਉਹ ਮਿਲਿਆ ਨਾਲ? ਨਹੀਂ ਮਿਲਿਆ ਜੀ, ਇੱਕ 700 ਰੁਪਇਆ ਗਿਆ, 700 ਰੁਪਇਆ ਵੀ ਨਹੀਂ ਮਿਲਿਆ। ਉਹ ਕਹਿੰਦੇ 700 ਰੁਪਇਆ ਜੇਬ ਦੇ ਵਿੱਚੋਂ ਨਿਕਲਿਆ ਅਤੇ ਹੋਰ ਪੈਸਾ ਕੋਈ ਨਹੀਂ ਨਿਕਲਿਆ, ਜਿਹੜਾ ਕਿ ਮੇਰੇ ਕੋਲੋਂ 45,000 ਰੁਪਇਆ ਲਿਆ। ਪੁਲਿਸ ਵੱਲੋਂ ਨਾ ਕੋਈ ਪਾਸਪੋਰਟ ਨਾ ਕੋਈ ਪੈਸੇ ਦਿੱਤੇ ਗਏ? ਕੁਛ ਨਹੀਂ। ਫਿਰ ਇਹ ਨਹੀਂ ਕਿ ਪਿਸਤੌਲ ਮੈਨੂੰ ਨਹੀਂ ਪਤਾ 10,000 ਦਾ, ਇੱਕ 20,000 ਦਾ, ਇੱਕ 30,000 ਦੀ ਕੀਮਤ ਹੋਈ ਪਿਸਤੌਲ ਦੀ, ਇੱਥੇ ਮੈਨੂੰ ਨਹੀਂ ਪਤਾ। ਇਹ ਨਹੀਂ ਹੈ ਕਿ ਉਹ ਪਿਸਤੌਲ ਵੇਚ ਕੇ ਉਹਨੇ ਆਪਣੀ ਟਿਕਟ ਲੈਣੀ ਸੀ ਬਾਹਰ ਜਾਣ ਵਾਸਤੇ। ਜਿਹੜੀ ਪੁਲਿਸ ਦਾ ਇਸ ਟਾਈਮ ਜਿਹੜਾ ਰੋਲ ਹੈ ਉਹ ਕੀ ਹੈ? ਜੀਰੋ ਜੀ, ਬਿਲਕੁਲ ਜੀਰੋ, ਇੱਕਦਮ ਜੀਰੋ। ਸਾਡੇ ਹਾਲੇ ਤੱਕ ਜੁੱਤੀਆਂ ਸਾਡੀਆਂ ਘਸ ਨਹੀਂ ਆਖਦਾ ਕਿ ਕੁਛ ਹੋਣਾ, ਹੱਦ ਤੱਕ ਸਾਡੀਆਂ ਜੁੱਤੀਆਂ ਕਰ ਇੱਕਦਮ ਛੱਡ ਕੇ ਹੀ ਜਾਂਦੇ ਹਾਂ। ਆਪਣੇ ਸੈਨਾ ਸਾਹਿਬ ਨੂੰ ਮਿਲੇ ਦੋ ਵਾਰੀ, ਭੰਡਾਰ ਸਾਹਿਬ ਨੂੰ ਮਿਲੇ ਹਾਂ, ਫਿਰ ਗੁਰਬੀਰ ਸਿੰਘ ਨੂੰ ਪਹਿਲਾਂ ਸਟਾਰਟਿੰਗ ਵਿੱਚ ਗੁਰਬੀਰ ਸਿੰਘ ਨੂੰ ਮਿਲੇ ਹਾਂ, ਸਾਨੂੰ ਕੁਛ ਨਹੀਂ ਹੱਸ ਕੇ ਉਹ ਵਾਜਾ ਵਜਾਈ ਜਾਂਦੇ ਆ, ਇੱਦਾਂ ਡੰਗਰੀ ਜਾਂਦੇ ਆ ਕਿ ਨਹੀਂ ਇੱਦਾਂ ਕੋਈ ਨਹੀਂ ਕਰ ਰਹੇ ਫਲਾਨਾ, ਜਿੱਦਾਂ ਉਹ ਮਿਊਜ਼ਿਕ ਸਿੱਖਦੇ ਹੁੰਦੇ ਨਾ ਇੱਦਾਂ ਵਾਜਾ ਵਜਾਈਦੇ ਐਂ ਹੋਲਾ ਮਾਰ ਜਾਂਦੇ। ਅਸੀਂ ਘੱਟ 25 ਬੰਦੇ ਹੋਵਾਂ, ਸਾਰੇ ਥੋੜ੍ਹੇ ਆਏ ਆ, ਚਲੋ ਕਹਿੰਦੇ ਇੱਥੇ ਥੋੜ੍ਹਾ ਅਸੀਂ 25 ਬੰਦੇ ਘੱਟੋ ਘੱਟ ਹੋਵਾਂਗੇ, ਜਿਹੜਾ ਮੇਰੇ ਸਾਥੀਆਂ ਕੋਲੋਂ ਮੇਰਾ ਬਰਾਬਰ ਸਗਾ ਬੈਠਾ, ਮੇਰੇ ਉਹਦੇ ਖਾਸ ਦੋਸਤ ਜੀ ਕਿਉਂਕਿ ਬਾਹਾਂ ਬੈਠੇ ਆ, ਅਤੇ ਉਹਨਾਂ ਨੂੰ ਪੁੱਛ ਲਓ ਇੰਨੇ ਬੰਦੇ ਅਸੀਂ ਗਏ ਸੀ ਨਹੀਂ ਗਏ। ਗੁਰਮੀਤ ਸਿੰਘ ਮਿਲੇ, ਉਸ ਤੋਂ ਬਾਅਦ ਸੈਨਾ ਸਾਹਿਬ ਨੂੰ ਮਿਲਿਆ, ਫਿਰ ਭੰਡਾਰ ਸਾਹਿਬ ਨੂੰ ਮਿਲਿਆ, ਫਿਰ ਸੈਨਾ ਸਾਹਿਬ ਨੂੰ ਮਿਲਿਆ, ਅਤੇ ਸਾਡੇ ਭੱਲੇ ਕੁਛ ਨਹੀਂ ਪਿਆ। ਪੁਲਿਸ ਕਹਿ ਗਈ ਰਹੀ ਕੀ? ਆਹੀ ਕਹਿ ਰਹੇ ਵੀ ਕਹਿੰਦੇ ਫੜ ਰਹੇ ਹਾਂ, ਰੇਡ ਕਰ ਰਹੇ ਹਾਂ, ਸਵੇਰ ਔਰ ਸ਼ਾਮ ਰੇਡ ਕਰ ਰਹੇ ਹਾਂ, ਸਾਡੇ ਹੱਥੇ ਲੱਗੇ ਪਤਾ ਨਹੀਂ ਕਿਤੇ ਬਾਹਰ ਨਿਕਲ ਗਿਆ। ਪਰ ਤੁਸੀਂ ਕਿਹਾ ਪਿੱਛੇ ਜੋ ਸੰਸਕਾਰ ਤੇ ਕਿਤੇ ਆਏ, ਉਹ ਕੀ ਕਿਹਦੇ ਸੰਸਕਾਰ ਤੇ ਆਏ? ਆਪਣੀ ਪੁਲਸਾਂ ਕੀ ਭਰਜਾਈ ਨੇ। ਅੱਛਾ, ਕੌਣ ਕੌਣ ਆਇਆ? ਉਦੋਂ ਪੁਲਿਸ ਨੇ ਫੜਿਆ? ਨਾ, ਪੁਲਿਸ ਨੇ ਫੜਿਆ, ਸਾਰਾ ਸਾਰਾ ਖਾਨਦਾਨ ਨੂੰ ਲਾਇਆ ਸੀਗਾ ਜੀ ਉੱਥੇ। ਤੁਹਾਡੀ ਕੀ ਮੰਗ ਹੈ ਜੀ? ਮੰਗ ਸਾਡੀ ਇਹ, ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਨਸਾਫ ਮਿਲੇ, ਸੂਰੀ ਫੜਿਆ ਜਾਵੇ, ਸੂਰੀ ਫੜਿਆ ਜਾਵੇ। ਜੇ ਪੁਲਿਸ ਨਹੀਂ ਫੜਦੀ ਤਾਂ ਤੁਹਾਡੀ ਹੁਣ ਤੁਸੀਂ ਕੀ ਕਰੋਗੇ? ਇਹ ਹੀ ਹੈ ਜੀ, ਅਸੀਂ ਪੁੱਤਕਪੁਰਾ ਜਾਵਾਂਗੇ, ਸਿੱਧਾ ਜਾ ਕੇ ਆਪਣੇ ਸਾਨੂੰ ਮਿਲਾਂਗੇ, ਦੂਸਰੇ ਨੰਬਰ 'ਤੇ ਅਸੀਂ ਧਰਨਾ ਦੇਵਾਂਗੇ, ਪੂਰਾ ਸ਼ਹਿਰ ਬਲੌਕ ਕਰਾਂਗੇ, ਜਲੰਧਰ ਪੂਰੇ ਸਕੂਲ ਆਏ ਨੇ ਕੋਈ ਕੋਸ਼ਿਸ਼ 'ਤੇ ਪੂਰਾ ਜਾਂ ਕਿੰਨੇ ਦਿਨ ਦਾ ਅਲਟੀਮੇਟ ਦਿੰਦੇ ਇਸ ਚੀਜ਼ ਲੈ ਕੇ? ਅਗਰ ਜੇ 2-4 ਦਿਨ ਦੇ ਅੰਦਰ ਨਹੀਂ ਫੜ ਰਹੇ ਉਹਨੂੰ, ਅਤੇ ਫਿਰ ਅਸੀਂ ਸਾਨੂੰ ਮਜਬੂਰ ਕਰ ਰਹੇ ਹਾਂ ਵੀ ਜਲੰਧਰ ਕਰੋ, ਸਾਡੇ ਕੋਲ ਡਾਂਗਾ ਪੈਣ ਉਸ ਟਾਈਮ, ਅਸੀਂ ਪਰਵਾਹ ਨਹੀਂ ਕਰਾਂਗੇ, ਔਰ ਅਸੀਂ ਪੂਰੇ ਸੜਕ ਹਰ ਇੱਕ ਸੜਕ ਜਾਮ ਕਰੋ, ਹਰ ਇੱਕ ਅਸੀਂ ਵੀ ਪੂਰੀ ਤਿਆਰੀ 'ਚ ਬੈਠੇ ਹਾਂ, ਅਸੀਂ ਪਿੱਛੇ ਨਹੀਂ ਹਟਦੇ, ਅਤੇ ਮਾਤਾ ਮੱਤ ਵੀ ਰੱਖਾਂਗੇ ਨਾਲ ਉਹਦੇ ਘਰ ਦੇ ਮੂਹਰੇ। ਸੋਰੀ, ਬਸ ਜਿੱਦਾਂ ਮਾਮਲਾ ਹੁੰਦੀ ਆ ਤਾਂ ਗੱਲਬਾਤ 2-4-5-7 ਦਿਨ ਕਹਿ ਲਓ ਵੀ